ਇਸ ਵੇਲੇ ਪੰਜਾਬੀ ਸਾਹਿਤਕਾਰਾਂ ਅਤੇ ਉਹਨਾਂ ਦੇ ਪੜ੍ਹਨ ਵਾਲਿਆਂ ਦੇ ਅਤੇ ਮੈਂ ਸਮਝਦਾ ਕਿਉਂਕਿ ਉਹਨਾਂ ਦੇ ਗੀਤ ਉਹਨਾਂ ਦੀਆਂ ਗਜ਼ਲਾਂ ਕਲਾਕਾਰਾਂ ਨੇ ਗਾਈਆਂ ਨੇ ਔਰ ਜੋ ਕਲਾਕਾਰਾਂ ਨੂੰ ਇਸ ਵੇਲੇ ਦੁੱਖ ਹੈ ਉਹ ਅਸਹਿਤ ਹੈ, ਕੁਛ ਕਿਹਾ ਨਹੀਂ ਜਾ ਸਕਦਾ। ਬੜੀ ਅਫਸੋਸ ਦੀ ਗੱਲ ਇਹ ਹੈ, ਰਾਤ ਅਸੀਂ ਰਾਤ ਇਕੱਠੇ ਸੀਗੇ 11 ਵਜੇ ਅਸੀਂ ਖਾਣਾ ਖੁਣਾ ਖਾ ਕੇ ਮੈਨੂੰ ਗੱਡੀ 'ਚ ਬਿਠਾ ਕੇ ਉਹ ਆਪ ਗਏ ਨੇ। ਸਾਡੀ ਆਪਸ ਦੇ ਵਿੱਚ ਜਦ ਤੋਂ ਪ੍ਰੋਫੈਸਰ ਮੋਹਨ ਸਿੰਘ ਮੇਲਾ ਲੱਗਦਾ ਸੀ ਉਦੋਂ ਤੋਂ ਸਾਡੀ ਆਪਸ 'ਚ ਨੇੜਤਾ ਸੀਗੀ, ਬਿਲਕੁਲ ਠੀਕ ਸੀਗਾ, ਬਿਲਕੁਲ ਹੀ ਅੱਛੇ ਭਲੇ, ਬਲਕਿ ਸਾਨੂੰ ਉਹਨਾਂ ਨੇ ਬਹੁਤ ਸਾਰੀਆਂ ਗੱਲਾਂ ਸਮਝਾਈਆਂ। ਉਹ ਸਾਡੇ ਇੱਕ ਦੋਸਤ ਆਏ ਹੋਏ ਸੀ ਕੈਨੇਡਾ ਤੋਂ, ਉਹ ਪੁੱਛਣ ਲੱਗ ਗਏ ਵੀ ਸਟੇਜਾਂ ਦੇ ਉੱਤੇ ਆਰਟਿਸਟ ਜਿਹੜਾ ਉਚਾਰਨ ਹੈ ਉਹ ਗਲਤ ਮਲਤ ਕਿਉਂ ਕਹਿਣਾ, ਜ਼ਰੂਰਤ ਨੂੰ ਜ਼ਰੂਰਤ ਕਹਿਣਾ ਹਾਂਜੀ, ਅਤੇ ਦਰਵਾਜ਼ੇ ਨੂੰ ਦਰਵਾਜ਼ਾ ਕਹਿਣਾ। ਉਹ ਫਿਰ ਸਾਨੂੰ ਪਾਤਰ ਸਾਹਿਬ ਸਮਝਾਉਣ ਲੱਗ ਗਏ ਵੀ ਕਈ ਜਗ੍ਹਾ ਐਸੀਆਂ ਹੁੰਦੀਆਂ ਨੇ ਜਿੱਥੇ ਕਿ ਜਿਹੜਾ ਜ਼ੋਰ ਪੈਣਾ ਚਾਹੀਦਾ ਉਹ, ਇਸ ਕਰਕੇ ਜੇ ਮਾੜਾ ਮੋਟਾ ਗਲਤ ਵੀ ਹੈ ਨਾ ਪਰ ਉਹਦਾ ਅਰਥ ਸਹੀ ਨਿਕਲ ਜਾਂਦਾ। ਸਾਨੂੰ ਬੜੀ ਦੇਰ ਤੱਕ ਗੱਲਾਂ ਔਰ ਮੈਂ ਬਲਕਿ ਇੱਕ ਗੱਲ ਕਹੀ, ਮੈਂ ਕਿਹਾ ਪਾਤਰ ਸਾਹਿਬ ਇਸ ਕਿਸਮ ਦੀ ਮਹਿਫਲ, ਕਿਉਂਕਿ ਸੰਦੀਲਾ ਵੀ ਸੀ ਜੀ ਸੀਗੇ ਹਾਂਜੀ, ਮੁੰਡਾ ਪੀਟਰ ਸੀਗਾ, ਹੋਰ ਕਈ ਬੰਦੇ ਬੈਠੇ ਸੀ, ਸਾਰੇ ਸਾਹਿਤਕਾਰ ਸੀਗੇ ਅਤੇ ਉਹ ਕੈਨੇਡਾ ਤੋਂ ਜਿਹੜੇ ਆਏ ਹੋਏ ਨੇ ਉਹਨਾਂ ਦਾ ਉੱਥੇ ਚੈਨਲ ਚੱਲਦਾ ਹਾਂਜੀ। ਘੰਟੇ ਅਸੀਂ ਤਕਰੀਬਨ ਘੰਟਾ ਡੇਢ ਘੰਟਾ ਬੈਠੇ ਰਹੇ ਹਾਂ ਇੱਥੇ ਘਰ ਦੇ ਵਿੱਚ। ਨਾ ਜੀ ਨਾ, ਇੱਥੇ ਮਤਲਬ ਕਿ ਸਾਡੇ ਦੋਸਤ ਦਾ ਇੱਕ ਹੋਟਲ ਹੈ ਮੁੱਲਾਪੁਰ, ਉੱਥੇ ਬੈਠੇ ਸੀਗੇ। ਸਦੀਕ ਸਾਹਿਬ, ਜਦੋਂ ਪਤਾ ਲੱਗਿਆ ਕਿ ਸਵੇਰੇ ਇਹਨੂੰ ਨਹੀਂ ਰਹੇ ਔਰ ਰਾਤ ਨੂੰ ਤੁਹਾਡੀ ਮੁਲਾਕਾਤ ਹੋਈ ਸੀ ਤਾਂ ਸਦੀਕ ਸਾਹਿਬ ਸਭ ਤੋਂ ਪਹਿਲਾਂ ਕੀ ਯਾਦ ਆਇਆ ਔਰ ਕੀ ਯਾਦਾਂ ਸੀਗੀਆਂ? ਸੱਚੀ ਗੱਲ ਦੱਸ ਦਿਓ ਵੀ ਮੈਂ ਹੁਣ ਵੀ ਘਰ 'ਚੋਂ ਇੰਨਾ ਮੁਸ਼ਕਿਲ ਨਿਕਲਿਆ ਕਿਉਂਕਿ ਰਾਤ ਹੀ ਅਸੀਂ ਫੋਟੋ ਕਿੱਥੇ ਆਪਣਾ ਹੀ ਮੈਨੂੰ ਮੇਰਾ ਮਤਲਬ ਹੈਰਾਨ ਹਾਂ ਵੀ ਬੰਦੇ ਵਿੱਚ ਹੈ ਕੀ, ਕੁਛ ਵੀ ਨਹੀਂ ਹੈ। ਬਹੁਤ ਕਈ ਵਾਰੀ ਜਿਹੜਾ ਕੁਝ ਨਹੀਂ ਸੋਚੀਦਾ ਨਾ ਹਾਂਜੀ। ਫੋਟੋਆਂ ਸਦੀਕ ਸਾਹਿਬ ਦਿਖਾ ਰਹੇ ਔਰ ਇਹ ਰਾਤ ਦੀਆਂ ਫੋਟੋਆਂ ਨੇ ਸਦੀਕ ਸਾਹਿਬ, ਰਾਤ ਦੀ ਫੋਟੋ ਹੈ, ਮੈਂ ਐਡਾ ਖੁਸ਼ਕਿਸਮਤ ਹੈ। ਇੱਕ ਵਾਰੀ ਕੈਮਰੇ 'ਚ ਹਾਂਜੀ, ਉਹਨਾਂ ਨੇ ਰਾਤ ਫੋਟੋਗ੍ਰਾਫਰ ਨੂੰ ਇਹ ਕਹਿ ਕੇ ਯਾਰ ਸਦੀਕ ਨਾਲ ਮੇਰੀ ਇਕੱਲੇ ਦੀ ਫੋਟੋ ਖਿੱਚ ਲਈ, ਅਸੀਂ ਉੱਥੇ ਕਿੰਨੇ ਬੰਦੇ ਸੀਗੇ ਜਿਵੇਂ ਕਿ ਆਹ ਸਾਰੇ ਜਣੇ ਬੈਠੇ, ਮਤਲਬ ਕੀ ਕਿਹਾ ਜਾ ਸਕਦਾ। ਬਿਲਕੁਲ ਰਾਤ ਦੇ 11 ਵਜੇ ਦੀ ਹੈ। ਸਦੀਕ ਸਾਹਿਬ, ਅੱਖਾਂ 'ਚ ਹੁਣ ਵੀ ਪਾਣੀ ਹੈ ਅਤੇ ਹੁਣ ਵੀ ਸਦਮੇ ਦੇ ਵਿੱਚ ਲੱਗ ਰਹੇ ਹੋ ਔਰ ਕਾਫੀ ਮਾਯੂਸੀ ਚਿਹਰੇ ਦੇ ਵਿੱਚ ਵੀ ਦਿਖਾਈ ਦੇ ਰਹੀ ਹੈ ਅਤੇ ਕੀ ਕਹਿਣਾ ਚਾਹੁੰਦੇ ਹੋ, ਕੀ ਗੱਲਾਂ ਯਾਦ ਆ ਰਹੀਆਂ ਨੇ ਅੱਖਾਂ ਦੇ ਵਿੱਚ ਪਾਣੀ ਵੀ ਆ? ਨਹੀਂ, ਗੱਲ ਇਹ ਹੈ ਜੇ ਮੁਲਾਕਾਤ ਨੂੰ ਕਈ ਦਿਨ ਹੋਏ ਹੁੰਦੇ ਜਾਂ ਕੁਝ ਸਮਾਂ ਪਿਆ ਹੁੰਦਾ ਨਾ ਤਾਂ ਸ਼ਾਇਦ ਇੰਨਾ ਕੁਛ ਇੰਨਾ ਦਰਦ ਨਾ ਹੁੰਦਾ, ਕਿਉਂਕਿ ਬੰਦੇ ਨੇ ਤਾਂ ਜਾਣਾ ਹੀ ਜਾਣਾ। ਅਸਾਂ ਤਾਂ ਸਾਰੇ ਜਣੇ, ਸਾਰੇ ਦੋਸਤ ਹੱਸਦੇ ਖੇਡਦੇ ਖਾਣਾ ਖਾ ਕੇ ਸਾਰੇ ਜਣੇ ਘਰਾਂ ਨੂੰ ਆਏ ਹਾਂ। ਕੋਈ ਇਹ ਵੀ ਹੈ ਨਹੀਂ ਵੀ ਕਿਸੇ ਦਾ ਸਿਰ ਦੁਖਦਾ ਹੋਵੇ, ਕਿਸੇ ਦਾ ਢਿੱਡ ਦੁਖਦਾ ਹੋਵੇ। ਨਹੀਂ, ਫਿਰ ਨਹੀਂ ਕੋਈ ਗੱਲ ਹੈਗੀ ਕਿਉਂਕਿ ਰਾਤ ਦੇ 11 ਤੋਂ ਉੱਥੇ ਵੱਜ ਗਏ ਸੀਗੇ, 11:15 ਅਸੀਂ ਉੱਥੋਂ ਚੱਲੇ ਹਾਂ ਹਾਂਜੀ। ਆ ਕੇ ਮੈਂ ਸੋਣਾ ਹੀ ਸੀਗਾ, ਅਤੇ ਮੈਨੂੰ ਸਵੇਰੇ ਉਹ ਨਿਊਜ਼ 18 ਹੈ ਉੱਥੋਂ ਮੁੰਡੇ ਨੇ ਕਟਾਰੀਆਂ ਨੇ ਸ਼ਬਦ ਮੈਨੂੰ ਫੋਨ ਕੀਤਾ ਕਿ ਸਦੀਕ ਸਾਹਿਬ ਆ ਹੋ ਗਿਆ। ਮੈਂ ਤਾਂ ਸੁਣ ਕੇ ਇੰਨਾ ਹੈਰਾਨ ਔਰ ਪਰੇਸ਼ਾਨ ਹੋਇਆ, ਮੈਂ ਆਪਣੇ ਬੱਚਿਆਂ ਨੂੰ ਦਿਖਾਉਣਾ, ਉਹ ਆਹ ਫੋਟੋਆਂ ਦੇਖੀ ਜਾਂਦੇ ਨੇ ਹਾਂਜੀ, ਉਹ ਦੇਖਦੇ ਕੇ ਹੈਰਾਨ ਵੀ ਅੱਛਾ ਜੀ ਭਾਅ ਜੀ ਇਹ ਰਾਤ ਦੀ ਗੱਲ ਹੈ। ਮੈਂ ਕਿਹਾ ਬੇਟਾ ਰਾਤੀ ਮੈਂ 10-11 ਵਜੇ ਆਇਆ, ਇਹ 11:15 ਦੀਆਂ ਗੱਲਾਂ ਨੇ, ਤਾਂ ਮਤਲਬ ਕੀ ਕਿਹਾ ਜਾ ਸਕਦਾ? ਇਹ ਕੁਛ ਗੱਲਾਂ, ਕੁਛ ਲੇਖ, ਕੁਛ ਸ਼ਬਦ ਯਾਦ ਨੇ ਉਹਨਾਂ ਦੀਆਂ ਲਾਈਨਾਂ ਕੁਛ? ਨਹੀਂ, ਮੈਂ ਆਪ ਜੀ ਨੂੰ ਦੱਸਦਾ ਬਈ ਬਹੁਤ ਸਾਰੇ ਕਲਾਕਾਰਾਂ ਨੇ ਉਹਨਾਂ ਨੂੰ ਗਾਇਆ,
ਲੇਕਿਨ ਕਿਉਂਕਿ ਮੇਰਾ ਫੀਲਡ ਹੋਰ ਸੀ, ਗਜ਼ਲ ਦਾ ਫੀਲਡ ਨਹੀਂ ਸੀ ਮੇਰਾ, ਹਾਂਜੀ, ਅਤੇ ਨਾ ਹੀ ਮੇਰਾ ਕਵਿਤਾਵਾਂ ਦਾ ਫੀਲਡ ਸੀਗਾ, ਮੇਰਾ ਦੁਗਾਣੇ ਦਾ ਫੀਲਡ ਸੀਗਾ, ਮੈਂ ਕਦੇ ਗਾਇਆ ਨਹੀਂ ਹੈ, ਲੇਕਿਨ ਮੈਨੂੰ ਇੱਕ ਗੱਲ ਚੇਤੇ, ਕਦੇ ਤੁਸੀਂ ਕਿਹਾ ਹੋਵੇ ਕਿ ਮੇਰੇ ਵਾਸਤੇ ਵੀ ਕੁਛ ਲਿਖ ਦਿਓ, ਮੈਂ ਤਾਂ ਸਟੇਜ 'ਤੇ ਪਰਫੋਰਮ ਕਰਾਂ? ਮੈਂ ਬੇਨਤੀ ਕਰਦਾ, ਇੱਕ ਵਾਰ ਦੀ ਗੱਲ ਹੈ, ਜਦੋਂ ਪ੍ਰੋਫੈਸਰ ਮੋਹਨ ਸਿੰਘ ਮੇਲਾ ਨਮਨ ਨਮਨ ਲੱਗਣ ਲੱਗਿਆ, ਅਤੇ ਸਾਨੂੰ ਆਰਡਰ ਹੋਇਆ ਸਾਰੇ ਕਲਾਕਾਰਾਂ ਨੂੰ ਵੀ ਪ੍ਰੋਫੈਸਰ ਸਾਹਿਬ ਦੀਆਂ ਚੀਜ਼ਾਂ ਤਿਆਰ ਕਰੋ, ਉਹਦੇ ਵਿੱਚ ਮੈਂ ਇੱਕ ਗੀਤ ਤਿਆਰ ਕੀਤਾ, ਭਾਰਤ ਆਏ ਵਾਂਗ ਮੁੰਦਰ ਵਿੱਚ ਲੱਗ ਪੰਜਾਬ ਦਾ, ਸ਼ਾਇਦ ਮੈਂ ਅਸੈਂਬਲੀ 'ਚ ਵੀ ਗਾਇਆ ਸੀਗਾ, ਅਤੇ ਉਹ ਗਾ ਕੇ ਨਾ ਫਿਰ ਮੈਨੂੰ ਇਹਨਾਂ ਨੇ ਐਡੀ ਹਲਾਸ਼ੇਰੀ ਦਿੱਤੀ ਨਾ, ਕਹਿੰਦੇ ਸਦੀਕ ਜੀ ਮੈਂ ਸੋਚਦਾ ਸੀਗਾ ਵੀ ਹਲਕੇ ਫੁਲਕੇ ਗੀਤ ਗਾਉਣ ਵਾਲੇ, ਤੂੰ ਵੀ ਤਾਂ ਗਾਉਣ ਵਾਲੇ, ਇਹ ਪ੍ਰੋਫੈਸਰ ਮੋਹਨ ਸਿੰਘ ਦੇ ਕਵਿਤਾ ਦੇ ਨਾਲ ਉਹਨਾਂ ਦੇ ਗੀਤਾਂ ਦੇ ਨਾਲ ਨਿਆਏ ਵੀ ਕਰ ਸਕਣਗੇ ਕਿ ਨਹੀਂ, ਪਰ ਜੇ ਤੁਸੀਂ ਗਾਇਆ, ਜੇ ਤੁਸੀਂ ਕੰਪੋਜ਼ ਕੀਤੀ ਹੈ, ਬਹੁਤ ਹੀ ਵਧੀਆ, ਚਲੋ ਇੰਨੇ 'ਚ ਬੰਦੇ ਦਾ ਹੌਸਲਾ ਵੱਧ ਜਾਂਦਾ, ਔਰ ਉਹ ਛੋਟੇ ਮੋਟੇ ਬੰਦੇ ਨਹੀਂ ਸੀਗੇ, ਪਾਰਕੂ ਸੀਗੇ, ਸਭ ਕੁਛ ਸੀਗੇ, ਬਸ ਹੁਣ ਕੀ ਦੱਸੋ ਉਹਨਾਂ ਦਾ ਔਰਾ ਕਿਸ ਤਰ੍ਹਾਂ ਦਾ ਸੀਗਾ ਜਦੋਂ ਉਹਨਾਂ ਬਹਿੰਦੇ ਸੀ, ਅੱਖਾਂ 'ਚ ਪਾਣੀ ਆ ਰਿਹਾ ਕਾਫੀ, ਕੋਈ ਗੱਲ ਨਹੀਂ, ਬਿਲਕੁਲ ਪਰਮਾਤਮਾ ਦੀ